ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼ ਤੇ ਮੈਂ ਸਿਮਰਨ ਧਾਲੀਵਾਲ। ਪੰਜਾਬ ਤੋਂ ਦਿੱਲੀ ਜਾਣ ਦੇ ਲਈ ਇੱਕ ਨਵਾਂ ਰੂਟ ਬਣ ਗਿਆ ਹੈ, ਤਾਂ ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ। ਪੰਜਾਬ ਤੋਂ ਅਗਰ ਤੁਸੀਂ ਦਿੱਲੀ ਜਾਣਾ ਚਾਹੁੰਦੇ ਹੋ ਤਾਂ ਉਸ ਲਈ ਇੱਕ ਨਵਾਂ ਰੂਟ ਦੱਸਿਆ ਗਿਆ ਹੈ, ਜਿਸ ਬਾਰੇ ਵੱਡੀ ਜਾਣਕਾਰੀ ਆਈ ਹੈ। ਤਾਂ ਜਿਸ ਤਰੀਕੇ ਦੇ ਨਾਲ ਹਰਿਆਣਾ ਦੀਆਂ ਸਰਹੱਦਾਂ ਦੇ ਉੱਤੇ ਕਿਸਾਨ ਬੈਠੇ ਨੇ, ਲਗਾਤਾਰ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਿਸ ਦੇ ਚੱਲਦੇ ਬਾਰਡਰ ਬਲੌਕ ਕੀਤੇ ਗਏ ਨੇ, ਦਿੱਲੀ ਨੂੰ ਜਾਣ ਵਾਸਤੇ ਕੋਈ ਵੀ ਰਸਤਾ ਨਹੀਂ ਹੈ, ਤਾਂ ਉੱਥੇ ਹੀ ਹੁਣ ਰਾਹਤ ਵਾਲੀ ਖਬਰ ਹੈ। ਤੇ ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਪੰਜਾਬ ਤੋਂ ਦਿੱਲੀ ਜਾਣ ਦੇ ਲਈ ਇੱਕ ਰਸਤਾ, ਇੱਕ ਨਵਾਂ ਰੂਟ ਦੱਸਿਆ ਗਿਆ। ਤੇ ਇੱਕ ਪਾਸੇ ਜਿੱਥੇ ਬਾਰਡਰਾਂ ਦੇ ਤਣਾਅਪੂਰਨ ਮਾਹੌਲ ਨਜ਼ਰ ਆ ਰਿਹਾ, ਉੱਥੇ ਹੀ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਅੱਜ ਚੌਥਾ ਦਿਨ ਹੈ। ਤੇ ਨਾਲ ਹੀ ਜੇ ਅਸੀਂ ਨਵੇਂ ਰੂਟ ਦੀ ਗੱਲ ਕਰੀਏ ਤਾਂ ਕਿਸਾਨਾਂ ਦੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਕਾਰਨ ਹਰਿਆਣਾ ਟ੍ਰੈਫਿਕ ਪੁਲਿਸ ਵੱਲੋਂ ਪਲਾਨ ਤਿਆਰ ਕੀਤਾ ਗਿਆ। ਡੀਜੀਪੀ ਨੇ ਕਿਹਾ ਕਿ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਯਾਤਰੀ ਪੰਚਕੂਲਾ ਦੇ ਰਸਤੇ ਤੋਂ ਲਾਂਡਵਾ ਇਧਰੀ ਹੁੰਦੇ ਹੋਏ ਕਰਨਾਲ ਪਹੁੰਚਣ ਤੇ ਫਿਰ ਪਾਣੀਪਤ, ਸੋਨੀਪਤ ਤੇ KMP ਹਾਈਵੇ ਲਾਂਦੇ ਹੋਏ ਗੁੜਗਾਉਂ ਹੁੰਦੇ ਹੋਏ ਦਿੱਲੀ ਪਹੁੰਚਣ, ਤੇ ਇਸੇ ਤਰ੍ਹਾਂ ਦਿੱਲੀ ਤੋਂ ਆਉਣ ਵਾਲੇ ਯਾਤਰੀ ਕਰਨਾਲ ਤੋਂ ਇੰਦਰੀ, ਲਾਂਡਵਾ ਤੇ ਯਮੁਨਾ ਨਗਰ ਹਾਈਵੇ ਨੂੰ ਲੈ ਕੇ ਪੰਚਕੂਲਾ ਹੁੰਦੇ ਹੋਏ ਚੰਡੀਗੜ੍ਹ ਪਹੁੰਚਣ। ਤਾਂ ਬਾਕੀ ਹਰਿਆਣਾ ਦੇ ਵਿੱਚ ਸਾਰੇ ਰਸਤੇ ਸੁਚਾਰੂ ਤਰੀਕੇ ਦੇ ਨਾਲ ਚੱਲ ਰਹੇ ਹਨ, ਤੁਸੀਂ ਆਪਣੀ ਯਾਤਰਾ ਕਰ ਸਕਦੇ ਹੋ। ਸਿਰਫ ਦਿੱਲੀ ਜਾਣ ਵਾਲੇ ਯਾਤਰੀ ਟਿੱਕਰੀ ਤੇ ਸਿੰਘੂ ਬਾਰਡਰ ਜਾਣ ਤੋਂ ਬਚਣ। ਇਸ ਦੇ ਨਾਲ ਹੀ DGP ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਿਸੇ ਵੀ ਤਰੀਕੇ ਦੀ ਪੋਸਟ ਤੇ ਬਿਨਾਂ ਪੁਸ਼ਟੀ ਤੋਂ ਕੁਝ ਵੀ ਪੋਸਟ ਨਾ ਕਰਨ। ਤਾਂ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਅਫਵਾਹ ਫੈਲਾਉਣ ਵਾਲਿਆਂ ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ, ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਤਾਂ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਲੋਕਾਂ ਨੂੰ ਅਪੀਲ ਹੈ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਵਿੱਚ ਮਦਦ ਕਰਨ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਹੁਣ ਪੰਜਾਬ ਤੋਂ ਦਿੱਲੀ ਜਾਣ ਵਾਲਿਆਂ ਦੇ ਲਈ ਇਹ ਰਾਤ ਭਰੀ ਖਬਰ ਹੈ, ਕਿਉਂਕਿ ਨਵਾਂ ਰੂਟ ਪਲਾਨ ਹੈ ਜਿਹੜਾ ਉਹ ਦੱਸ ਦਿੱਤਾ ਗਿਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼ ਤੇ ਮੈਂ ਸਿਮਰਨ ਧਾਲੀਵਾਲ। ਪੰਜਾਬ ਤੋਂ ਦਿੱਲੀ ਜਾਣ ਦੇ ਲਈ ਇੱਕ ਨਵਾਂ ਰੂਟ ਬਣ ਗਿਆ ਹੈ, ਤਾਂ ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ। ਪੰਜਾਬ ਤੋਂ ਅਗਰ ਤੁਸੀਂ ਦਿੱਲੀ ਜਾਣਾ ਚਾਹੁੰਦੇ ਹੋ ਤਾਂ ਉਸ ਲਈ ਇੱਕ ਨਵਾਂ ਰੂਟ ਦੱਸਿਆ ਗਿਆ ਹੈ, ਜਿਸ ਬਾਰੇ ਵੱਡੀ ਜਾਣਕਾਰੀ ਆਈ ਹੈ। ਤਾਂ ਜਿਸ ਤਰੀਕੇ ਦੇ ਨਾਲ ਹਰਿਆਣਾ ਦੀਆਂ ਸਰਹੱਦਾਂ ਦੇ ਉੱਤੇ ਕਿਸਾਨ ਬੈਠੇ ਨੇ, ਲਗਾਤਾਰ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਿਸ ਦੇ ਚੱਲਦੇ ਬਾਰਡਰ ਬਲੌਕ ਕੀਤੇ ਗਏ ਨੇ, ਦਿੱਲੀ ਨੂੰ ਜਾਣ ਵਾਸਤੇ ਕੋਈ ਵੀ ਰਸਤਾ ਨਹੀਂ ਹੈ, ਤਾਂ ਉੱਥੇ ਹੀ ਹੁਣ ਰਾਹਤ ਵਾਲੀ ਖਬਰ ਹੈ। ਤੇ ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਪੰਜਾਬ ਤੋਂ ਦਿੱਲੀ ਜਾਣ ਦੇ ਲਈ ਇੱਕ ਰਸਤਾ, ਇੱਕ ਨਵਾਂ ਰੂਟ ਦੱਸਿਆ ਗਿਆ। ਤੇ ਇੱਕ ਪਾਸੇ ਜਿੱਥੇ ਬਾਰਡਰਾਂ ਦੇ ਤਣਾਅਪੂਰਨ ਮਾਹੌਲ ਨਜ਼ਰ ਆ ਰਿਹਾ, ਉੱਥੇ ਹੀ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਅੱਜ ਚੌਥਾ ਦਿਨ ਹੈ। ਤੇ ਨਾਲ ਹੀ ਜੇ ਅਸੀਂ ਨਵੇਂ ਰੂਟ ਦੀ ਗੱਲ ਕਰੀਏ ਤਾਂ ਕਿਸਾਨਾਂ ਦੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਕਾਰਨ ਹਰਿਆਣਾ ਟ੍ਰੈਫਿਕ ਪੁਲਿਸ ਵੱਲੋਂ ਪਲਾਨ ਤਿਆਰ ਕੀਤਾ ਗਿਆ। DGP ਨੇ ਕਿਹਾ ਕਿ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਯਾਤਰੀ ਪੰਚਕੂਲਾ ਦੇ ਰਸਤੇ ਤੋਂ ਲਾਂਡਵਾ ਇਧਰੀ ਹੁੰਦੇ ਹੋਏ ਕਰਨਾਲ ਪਹੁੰਚਣ ਤੇ ਫਿਰ ਪਾਣੀਪਤ, ਸੋਨੀਪਤ ਤੇ KMP ਹਾਈਵੇ ਲਾਂਦੇ ਹੋਏ ਗੁੜਗਾਉਂ ਹੁੰਦੇ ਹੋਏ ਦਿੱਲੀ ਪਹੁੰਚਣ, ਤੇ ਇਸੇ ਤਰ੍ਹਾਂ ਦਿੱਲੀ ਤੋਂ ਆਉਣ ਵਾਲੇ ਯਾਤਰੀ ਕਰਨਾਲ ਤੋਂ ਇੰਦਰੀ, ਲਾਂਡਵਾ ਤੇ ਯਮੁਨਾ ਨਗਰ ਹਾਈਵੇ ਨੂੰ ਲੈ ਕੇ ਪੰਚਕੂਲਾ ਹੁੰਦੇ ਹੋਏ ਚੰਡੀਗੜ੍ਹ ਪਹੁੰਚਣ। ਤਾਂ ਬਾਕੀ ਹਰਿਆਣਾ ਦੇ ਵਿੱਚ ਸਾਰੇ ਰਸਤੇ ਸੁਚਾਰੂ ਤਰੀਕੇ ਦੇ ਨਾਲ ਚੱਲ ਰਹੇ ਹਨ, ਤੁਸੀਂ ਆਪਣੀ ਯਾਤਰਾ ਕਰ ਸਕਦੇ ਹੋ। ਸਿਰਫ ਦਿੱਲੀ ਜਾਣ ਵਾਲੇ ਯਾਤਰੀ ਟਿੱਕਰੀ ਤੇ ਸਿੰਘੂ ਬਾਰਡਰ ਜਾਣ ਤੋਂ ਬਚਣ। ਇਸ ਦੇ ਨਾਲ ਹੀ DGP ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਿਸੇ ਵੀ ਤਰੀਕੇ ਦੀ ਪੋਸਟ ਤੇ ਬਿਨਾਂ ਪੁਸ਼ਟੀ ਤੋਂ ਕੁਝ ਵੀ ਪੋਸਟ ਨਾ ਕਰਨ। ਤਾਂ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਅਫਵਾਹ ਫੈਲਾਉਣ ਵਾਲਿਆਂ ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ, ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਤਾਂ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਲੋਕਾਂ ਨੂੰ ਅਪੀਲ ਹੈ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਵਿੱਚ ਮਦਦ ਕਰਨ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਹੁਣ ਪੰਜਾਬ ਤੋਂ ਦਿੱਲੀ ਜਾਣ ਵਾਲਿਆਂ ਦੇ ਲਈ ਇਹ ਰਾਤ ਭਰੀ ਖਬਰ ਹੈ, ਕਿਉਂਕਿ ਨਵਾਂ ਰੂਟ ਪਲਾਨ ਹੈ ਜਿਹੜਾ ਉਹ ਦੱਸ ਦਿੱਤਾ ਗਿਆ।